ਕੀ ਸ਼ਰਾਬ ਪੀਣ ਕਰਕੇ ਕਿਸੇ ਪੈਸੇਂਜਰ ਨੂੰ ਜਹਾਜ਼ ਤੋਂ ਉਤਾਰਿਆ ਜਾ ਸਕਦਾ ਹੈ? 에어ਲਾਈਨਸ ਦੇ ਨਿਯਮ ਕੀ ਕਹਿੰਦੇ ਨੇ? ਕੁਝ ਸਵਾਲਾਂ ਦੇ ਜ਼ਰੀਏ ਸਮਝਾਂਗੇ ਕੀ ਨੇ ਪੂਰੇ ਨਿਯਮ। ABC ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ। ਸਵਾਲ ਨੰਬਰ 1 ਤੋਂ ਸ਼ੁਰੂਆਤ ਕਰਦੇ ਹਾਂ। ਸਵਾਲ ਨੰਬਰ 1 ਹੈ ਕਿ ਜਹਾਜ਼ 'ਚ ਸ਼ਰਾਬ ਪੀਣ ਤੇ ਖਰਾਬ ਵਿਵਹਾਰ ਯਾਨੀ ਕਿ ਸ਼ਰਾਬ ਪੀਣ ਤੋਂ ਬਾਅਦ ਕਮਲ ਘੋਟਣ ਤੇ ਕੀ ਨਿਯਮ ਨੇ? ਕੀ ਕਹਿੰਦੇ ਨੇ? ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਡਾਇਰੈਕਟੋਰੇਟ ਜਰਨਲ ਆਫ ਸਿਵਲ 에ਵੀਏਸ਼ਨ ਡਜੀਸੀਏ ਯਾਨੀ ਕਿ ਜਿਸਨੇ ਧਿਆਨ ਰੱਖਣਾ ਹੁੰਦਾ ਹੈ ਸਰਕਾਰ ਦੀ ਇੱਕ ਰੈਗੂਲੇਟਰੀ ਅਥਾਰਟੀ ਹੈ ਜਹਾਜ਼ ਦੇ ਨਾਲ ਕੋਈ ਹਾਦਸਾ ਵਾਪਰ ਜਾਵੇ ਕੋਈ ਘਟਨਾ ਵਾਪਰ ਜਾਵੇ ਉਸ ਮਾਮਲੇ ਦੀ ਜਾਂਚ ਦੇ ਲਈ ਇਹ ਅਥਾਰਟੀ ਬਣਾਈ ਗਈ ਹੈ ਤਾਂ ਡਜੀਸੀਏ ਕੀ ਕਹਿੰਦੀ ਹੈ ਕਿ ਜੇਕਰ ਕੋਈ ਸ਼ਰਾਬ ਪੀ ਕੇ ਸਫ਼ਰ ਕਰਨਾ ਚਾਹੁੰਦਾ ਹੈ ਜਾਂ ਫਿਰ ਉਸ ਤੋਂ ਬਾਅਦ ਖਰਾਬ ਵਿਹਾਰ ਕਰਦਾ ਹੈ ਉਸ ਦੇ ਵਿੱਚ ਨਿਯਮ ਹੈ ਕਿ ਡੀਜੀਸੀਏ ਇੰਡੀਅਨ 에ਅਰਕ੍ਰਾਫਟ ਰੂਲ 1937 ਦੇ ਪ੍ਰੋਵੀਜ਼ਨ 22 23 ਤੇ 29 ਦੇ ਅਨੁਸਾਰ ਕੀ ਕੀ ਹੋ ਸਕਦਾ 29 ਦੇ ਤਹਿਤ ਜਹਾਜ਼ ਦੇ ਵਿੱਚ ਕੋਈ ਹੰਗਾਮਾ ਕਰਦਾ ਹੈ ਜਿਆਦਾ ਸ਼ਰਾਬ ਪੀ ਕੇ ਗਾੜੀ ਗਲੋਚ ਕਰਦਾ ਹੈ ਜਾਂ ਇਸ ਤੋਂ ਬਾਅਦ ਬਾਕੀ ਯਾਤਰੀਆਂ ਦੇ ਨਾਲ ਮਾੜਾ ਵਿਵਹਾਰ ਕਰਦਾ ਹੈ ਉਹਨਾਂ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਦਾ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਵੀਜ਼ਨ ਨੰਬਰ 22 ਕਹਿੰਦੀ ਹੈ ਕਿ ਕਿਸੇ ਵੀ ਕਰੂ ਮੈਂਬਰ ਤੇ ਹਮਲਾ ਕਰਨ ਜਾਂ ਧਮਕੀ ਦੇਣ ਚਾਹੇ ਉਹ ਸਰੀਰਕ ਰੂਪ ਵਿੱਚ ਹੋਵੇ ਚਾਹੇ ਉਹ ਸਿੰਬੋਲਿਕ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਇਸ਼ਾਰੇ ਦੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ক্রੂ ਮੈਂਬਰ ਦੀ ਡਿਊਟੀ ਦੇ ਵਿੱਚ ਜੇਕਰ ਕੋਈ ਰਿਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤਾਂ ਵੀ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਉਸ ਨੂੰ ਜਹਾਜ਼ ਤੋਂ ਲਾਇਆ ਜਾ ਸਕਦਾ ਤੇ ਪ੍ਰੋਵੀਜ਼ਨ ਨੰਬਰ 23 ਕਹਿੰਦਾ ਹੈ ਕਿ ਕੋਈ ਵੀ ਸ਼ਰਾਬੀ ਵਿਅਕਤੀ ਹੋਵੇ ਜਾਂ ਕੋਈ ਕਿਸੇ ਹੋਰ ਨਸ਼ੇ ਦੇ ਵਿੱਚ ਹੋਵੇ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਟੰਨ ਹੋਵੇ ਤਾਂ ਉਸ ਨੂੰ ਵੀ ਜਹਾਜ਼ ਤੋਂ ਤਾਰਿਆ ਜਾ ਸਕਦਾ ਉਸਦੇ ਵਿੱਚ ਇਹ ਵੀ ਲਿਖਿਆ ਕਿ ਇਸ ਦੇ ਨਾਲ ਕਿਸੇ ਉਹ ਨਾਲ ਦੇਣ ਦੇ ਲਈ ਖਤਰਾ ਬਣਦਾ ਨਜ਼ਰ ਆਵੇ ਤਾਂ ਤਾਂ ਵੀ ਉਸ ਨੂੰ ਜਹਾਜ਼ ਤੋਂ ਤਾਰਿਆ ਜਾ ਸਕਦਾ ਤਾਂ 29 ਨੰਬਰ ਪ੍ਰੋਵੀਜ਼ਨ ਦੇ ਵਿੱਚ ਇਹ ਵੀ ਹੈ ਕਿ ਚਾਹੇ ਉਹ ਗਾਲੀ ਗਲੋਚ ਕਰ ਰਿਹਾ ਜਿਆਦਾ ਸ਼ਰੀਬ ਸ਼ਰਾਬ ਪੀ ਕੇ ਉਹ ਆਪਾਧਰ ਵਿਵਹਾਰ ਕਰ ਰਿਹਾ ਕਿਸੇ ਨਾਲ ਮਾੜਾ ਵਤੀਰਾ ਕਰ ਰਿਹਾ ਜਾਂ ਉਹ ਬੀਬੀਆਂ ਦੇ ਨਾਲ ਛੇੜਛਾੜ ਕਰਦਾ ਉਸ ਨਿਯਮ ਦੇ ਤਹਿਤ ਵੀ ਉਸ ਨੂੰ ਜਹਾਜ਼ ਤੋਂ ਤੁਰੰਤ ਤਾਰ ਦਿੱਤਾ ਜਾਂਦਾ ਹੈ ਲਾਹ ਦਿੱਤਾ ਜਾਂਦਾ ਹੈ ਕਰੂ ਮੈਂਬਰ ਤੇ ਸਟਾਫ ਦੇ ਨਾਲ ਬਤਮੀਜੀ ਕਰਦਾ ਤਾਂ ਤਾਂ ਵੀ ਉਸ ਨੂੰ ਤਾਰਿਆ ਜਾ ਸਕਦਾ। ਇਸ ਦੇ ਨਾਲ ਜੇਕਰ ਨਾਲ ਬੈਠਾ ਯਾਤਰੀ ਹੈ ਜਿਹੜਾ ਉਹ ਤੰਗ ਹੋ ਰਿਹਾ। ਸਪੋਜ਼ ਕਰੋ ਕਿਸੇ ਪੈਸੇਂਜਰ ਨੇ ਸ਼ਰਾਬੀ ਹਾਲਤ ਦੇ ਵਿੱਚ ਐਸੀ ਹਰਕਤ ਕੀਤੀ ਕਿ ਨਾਲ ਬੈਠਾ ਬੰਦਾ ਤੰਗ ਹੋ ਗਿਆ, ਯਾਤਰੀ ਤੰਗ ਹੋ ਗਿਆ ਤਾਂ ਫਿਰ ਵੀ ਉਹ ਸ਼ਿਕਾਇਤ ਕਰਦਾ ਤੇ ਕਰੂ ਮੈਂਬਰ ਜਾਂ ਸਟਾਫ ਉਸ ਦੇ ਉੱਤੇ ਤੁਰੰਤ ਐਕਸ਼ਨ ਲੈ ਕੇ ਉਸ ਨੂੰ ਲਾ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਜਹਾਜ਼ ਨੂੰ ਹਾਈਜੈਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਤਵੀ ਉਸ ਨੂੰ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਹਾਈਜੈਕ ਕਰਨ ਵਾਲਾ ਸ਼ਰਾਬੀ ਹੋਵੇ ਤਾਂ ਵੀ ਜੇਕਰ ਸ਼ਰਾਬੀ ਨਹੀਂ ਨਸ਼ੇੜੀ ਨਹੀਂ ਤਾਂ ਵੀ ਦੋਵਾਂ ਹਾਲਤਾਂ ਦੇ ਵਿੱਚ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਸਵਾਲ ਨੰਬਰ 2 ਹੈ ਕਿ ਕੀ ਇਹ ਨਿਯਮ ਵਿਦੇਸ਼ਾਂ ਵਿੱਚ ਵੀ ਲਾਗੂ ਹੁੰਦੇ ਨੇ ਇਸ ਦਾ ਜਵਾਬ ਇਹ ਹੈ ਕਿ ਇਹ ਨਿਯਮ ਭਾਰਤ ਤੋਂ ਆਉਣ ਵਾਲੀ ਕਿਸੇ ਵੀ ਇੰਟਰਨੈਸ਼ਨਲ ਫਲਾਈਟ ਦੇ ਉੱਤੇ ਲਾਗੂ ਹੋ ਸਕਦੇ ਨੇ ਜੇਕਰ ਉਹ ਘਟਨਾ ਵਿਦੇਸ਼ ਵਿੱਚ ਹੋਈ ਹੈ 에ਅਰਲਾਈਨਸ ਵੀ ਵਿਦੇਸ਼ੀ ਹੈ ਤਾਂ ਇਹ ਨਿਯਮ ਲਾਗੂ ਨਹੀਂ ਹੋ ਸਕਦਾ ਇਸੇ ਦੋ ਗੱਲਾਂ ਸਮਝਣ ਦੀ ਲੋੜ ਹੈ ਕਿ ਹਰ ਇੰਟਰਨੈਸ਼ਨਲ ਫਲਾਈਟ ਦੇ ਉੱਤੇ ਰੂਲ ਤਾਂ ਲਾਗੂ ਹੁੰਦਾ ਹੈ ਪਰ 에ਅਰਲਾਈਨਸ ਜਾਂ ਤਾਂ ਇੰਡੀਅਨ ਹੋਵੇ ਜਾਂ ਫਿਰ ਘਟਨਾ ਚਾਹੇ ਵਿਦੇਸ਼ ਵਿੱਚ ਵਾਪਰੀ ਹੈ ਪਰ ਜਦੋਂ ਭਾਰਤ ਵੱਲ ਨੂੰ ਆ ਰਹੀ ਹੋਵੇ ਫਲਾਈਟ ਤਾਂ ਉਦੋਂ ਇਸ ਦੀ ਜਾਂਚ ਹੋ ਸਕਦੀ ਹੈ ਉਦੋਂ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਸਵਾਲ ਨੰਬਰ 3 ਹੈ ਕਿ ਜਹਾਜ਼ 'ਚ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਮਾਮਲੇ 'ਚ ਕੌਣ ਕਾਰਵਾਈ ਕਰ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਵਿਰਾਗ ਗੁਪਤਾ ਕਹਿੰਦੇ ਨੇ ਕਿ ਇਹਨਾਂ ਮਾਮਲਿਆਂ ਦੇ ਵਿੱਚ ਵੱਖ-ਵੱਖ ਹਾਲਤ ਦੇ ਹਿਸਾਬ ਨਾਲ ਡਿਪੈਂਡ ਕਰਦਾ ਹੈ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ ਸਭ ਤੋਂ ਪਹਿਲਾਂ ਲਿਖਿਆ ਗਿਆ ਹੈ ਕਿ 에어ਪੋਰਟ ਦੇ ਉੱਤੇ ਜੇਕਰ ਘਟਨਾ ਵਾਪਰਦੀ ਹੈ ਤਾਂ ਪੁਲਿਸ ਥਾਣਾ ਜਾਂ ਜ਼ਿੰਮੇਵਾਰ ਸੁਰੱਖਿਆ ਮੁਲਾਜ਼ਮ ਨੇ ਜਿਹੜੇ ਮੌਕੇ ਤੇ ਤਨਾਤ ਉਹ ਇਸ ਦੇ ਉੱਤੇ ਕਾਰਵਾਈ ਕਰ ਸਕਦੇ ਨੇ ਜੇਕਰ 에어ਪੋਰਟ ਦੇ ਉੱਤੇ ਜਹਾਜ਼ ਖੜਿਆ ਤਾਂ ਫਿਰ ਡੀਜੀਸੀਏ ਇਸ ਦੇ ਉੱਤੇ ਕਾਰਵਾਈ ਕਰ ਸਕਦੀ ਹੈ ਕਿਸੇ ਦੇਸ਼ ਦੀ 에어 ਸਪੇਸ ਦੇ ਅੰਦਰ ਜੇਕਰ ਸਮੰਦਰ ਦੇਸ਼ ਦੇ ਕਾਨੂੰਨ ਜਿਸ ਤਰੀਕੇ ਨਾਲ ਵੀ ਲਾਗੂ ਹੁੰਦੇ ਨੇ ਸਪੋਜ਼ ਕਰੋ ਕਿ ਅੰਤਰਰਾਸ਼ਟਰੀ ਪੱਧਰ ਤੇ ਦਿੱਲੀ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਜਾਂ ਉੱਥੇ ਕੋਈ ਖਰਾਬੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੌਕੇ ਦੇ ਉੱਤੇ ਜਿਹੜੇ ਮੁਲਾਜ਼ਮ ਤਾਇਨਾਤ ਹੋਣਗੇ ਜਾਂ ਡੀਜੀਸੀਏ ਦੇ ਅਨਰੂਲ ਜਿਉਂ ਕਹਿੰਦੇ ਨੇ ਉਸ ਦੇ ਮੁਤਾਬਕ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਇੱਥੇ ਇਹ ਵੀ ਦੱਸਿਆ ਗਿਆ ਕਿ ਪੀੜਤ ਵਿਅਕਤੀ ਹੈ ਜਿਹੜਾ ਫਿਰ ਇਹ ਵੀ ਖੰਗਾਲਿਆ ਜਾਂਦਾ ਕਿ ਉਹ ਕਿਹੜੇ ਦੇਸ਼ ਦੇ ਨਾਲ ਸੰਬੰਧ ਰੱਖਦਾ ਹੈ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਜਾਂ ਉਸ ਦੇ ਉੱਤੇ ਪਤਾ ਲੱਗਿਆ ਕਿ ਇਸ ਤੋਂ ਕੁਝ ਨਾ ਕੁਝ ਸ਼ੰਕਾ ਪੈਦਾ ਹੋ ਰਿਹਾ ਸ਼ੱਕ ਪੈਦਾ ਹੋ ਰਿਹਾ ਤਾਂ ਉਸ ਦਾ ਰਿਕਾਰਡ ਵੀ ਹੈ ਜਿਹੜਾ ਦੇਖਿਆ ਜਾਂਦਾ ਕਿ ਪਾਸਪੋਰਟ ਕਿੱਥੋਂ ਦਾ ਉਸ ਹਿਸਾਬ ਨਾਲ ਉਸ ਦੇ ਉੱਤੇ ਰੂਲ ਨੇ ਜਿਵੇਂ ਵੀ ਲਾਗੂ ਹੋਣਗੇ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਸਵਾਲ ਨੰਬਰ 4 ਹੈ ਕਿ ਕੀ ਕੋਈ ਇੰਟਰਨੈਸ਼ਨਲ ਨਿਜ਼ਮ ਵੀ ਹੈ ਇਸ ਤੋਂ ਇਲਾਵਾ ਤਾਂ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਈ ਸੀ اےਓ ਯਾਨੀ ਕਿ ਸਿਵਲ 에ਵੀਏਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਇੱਕ ਗਠਨ ਹੋਇਆ ਉਸ ਮੁਤਾਬਕ ਇੰਟਰਨੈਸ਼ਨਲ ਟਰੀਟ ਕੀਤਾ ਜਾ ਸਕਦਾ ਹੈ 1944 ਦੀ ਸ਼ਿਕਾਗੋ ਟ੍ਰੀਟੀ 1963 ਦੀ ਟੋਕੀਓ ਟ੍ਰੀਟੀ 1958 ਜਨੇਵਾ ਟ੍ਰੀਟੀ ਜਿਸ ਦੇ ਅਨੁਸਾਰ ਇੰਟਰਨੈਸ਼ਨਲ ਬਾਰਡਰ ਦਾ ਨਿਯਮ ਹੈ ਜਿਹੜਾ ਉਹ ਹੁੰਦਾ ਇਸ ਤੋਂ ਇਲਾਵਾ 1971 ਦੀ ਮੌਂਟਰੀਅਲ ਟ੍ਰੀਟੀ 1979 ਦੀ ਨਿਊਯਾਰਕ ਟ੍ਰੀਟੀ ਤਾਂ ਇਹ ਜਿਹੜੀਆਂ ਸੰਧੀਆਂ ਹੋਈਆਂ ਹੁੰਦੀਆਂ ਨੇ ਬਾਕੀ ਦੇਸ਼ਾਂ ਦੇ ਨਾਲ ਜਿਵੇਂ ਸਪੋਜ਼ ਕਰੋ ਭਾਰਤ ਦਾ ਕੋਈ ਯਾਤਰੀ ਸਫਰ ਕਰ ਰਿਹਾ ਤੇ ਉਸਨੇ ਕੋਈ ਖਰਾਬੀ ਕੀਤੀ ਨਸ਼ੇ ਦੀ ਹਾਲਤ ਵਿੱਚ ਜਾਂ ਸ਼ਰਾਬ ਪੀ ਕੇ ਤਾਂ ਜਿਹੜੀਆਂ ਜਿਹੜੀਆਂ ਟ੍ਰੀਟੀ ਜਾਂ ਜਿਹੜੀਆਂ ਜਿਹੜੀਆਂ ਸੰਧੀਆਂ ਜਾਂ ਕਿਸੇ ਨਾਲ ਕੋਈ ਸਮਝੌਤਾ ਹੋਇਆ ਉਸ ਦੇ ਹਿਸਾਬ ਨਾਲ ਉਸ ਦੇ ਉੱਤੇ ਇਹ ਨਿਯਮ ਹੈ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਲਾਗੂ ਹੋ ਸਕਦਾ ਹੈ ਇਸ ਤੋਂ ਇਲਾਵਾ ਸਵਾਲ ਨੰਬਰ ਗੱਲ ਆਉਂਦੀ ਹੈ 5 ਦੀ ਤਾਂ ਇਸ ਤੇ ਵਿੱਚ ਲਿਖਿਆ ਹੋਇਆ ਕਿ ਕੀ ਸਰਕਾਰ ਅਜਿਹੇ ਪੈਸੇਂਜਰ ਦੇ ਨਾਲ ਜਿਸਨੇ ਕੋਈ ਸ਼ਰਾਬ ਪੀਤੀ ਹੈ ਜਾਂ ਕੋਈ ਨਸ਼ਾ ਖਾਦਾ ਤਾਂ ਕੀ ਉਸ ਨੂੰ ਹਵਾਈ ਯਾਤਰਾ ਤੋਂ ਰੋਕਿਆ ਜਾ ਸਕਦਾ ਹੈ ਟੈਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿਵਲ ਐਵੀਏਸ਼ਨ ਮਿਨਿਸਟਰੀ ਨੇ 2017 ਦੇ ਵਿੱਚ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਸੀ। ਨਵੇਂ ਨਿਯਮ ਹੈ ਜਿਹੜੇ ਉਹ ਬਣਾਏ ਸੀ ਜਿਸ ਦੇ ਵਿੱਚ ਕਿਹਾ ਗਿਆ ਜੇਕਰ ਕੋਈ ਸ਼ਰਾਬੀ ਹੈ ਪਰ ਆਰਾਮ ਨਾਲ ਬੈਠਾ ਹੈ ਉਸ ਨੂੰ ਨਹੀਂ ਛੇੜਨਾ, ਉਸ ਨੂੰ ਕੁਝ ਨਹੀਂ ਕਹਿਣਾ। ਪਰ ਜੇਕਰ ਵਾਰ-ਵਾਰ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਸ ਨੂੰ ਪਹਿਲਾਂ ਰੋਕਿਆ ਜਾਂਦਾ ਹੈ। ਫਿਰ ਵੀ ਨਹੀਂ ਟੱਲਦਾ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਬੱਦਸਲੂਕੀ ਕਰਨ ਦਾ ਜੇਕਰ ਜਾਂ ਹਿੰਸਾ ਕਰਨ ਦੀ ਕੋਈ ਗੱਲ ਆਉਂਦੀ ਹੈ ਤੇ ਉਸ ਦੇ ਉੱਤੇ ਜਿਹੜੇ ਨਿਯਮ ਨੇ ਉਹ ਲਾਗੂ ਹੁੰਦੇ ਨੇ ਤੇ ਫਲਾਈਟ ਤੋਂ ਉਸ ਨੂੰ ਤਾਰਿਆ ਜਾ ਸਕਦਾ ਤਾਂ ਉਸ ਤੋਂ ਬਾਅਦ ਉਸ ਦਾ ਪਾਸਪੋਰਟ ਕੋਲ ਰੱਖ ਕੇ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਤਰਾ ਪੈਦਾ ਹੋ ਸਕਦਾ ਕਿ ਉਹ ਹਵਾਈ ਯਾਤਰਾ ਨਾ ਕਰ ਸਕਦਾ ਹੋਵੇ ਇਸ ਤਰ੍ਹਾਂ ਦੀ ਤਲਵਾਰ ਉਸ ਦੇ ਉੱਤੇ ਲਟਕ ਸਕਦੀ ਹੈ ਪਰ ਉਸ ਹਾਲਤ ਦੇ ਵਿੱਚ ਜਦੋਂ ਵਾਰ-ਵਾਰ ਕੋਈ ਹਰਕਤ ਕਰੇ ਵਾਰ-ਵਾਰ ਕਿਸੇ ਯਾਤਰੀ ਨੂੰ ਤੰਗ ਕਰੇ ਤਾਂ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਗਲਤ ਤਰੀਕੇ ਦੇ ਨਾਲ ਇਸ਼ਾਰਾ ਕਰੇ ਗਾਲੀ ਗਲੋਚ ਕਰੇ ਸ਼ਰਾਬ ਪੀ ਕੇ ਕੁਝ ਵੀ ਅਜਿਹੀ ਹਰਕਤ ਕਰੇ ਜਿਹੜੀ ਦੂਜੇ ਪੈਸੇਂਜਰ ਨੂੰ ਤੰਗ ਕਰਦੀ ਹੋਵੇ ਤਾਂ ਉਸ ਦੇ ਉੱਤੇ ਨਿਯਮ ਲਾਗੂ ਹੋ ਸਕਦਾ ਹੈ ਸਰੀਰਕ ਤੌਰ ਦੇ ਉੱਤੇ ਜਾਂ ਮੰਦੀ ਸ਼ਬਦਾਵਲੀ ਬੋਲਦਾ ਹੋਵੇ ਇਤਰਾਜਯੋਗ ਸ਼ਬਦਾਵਲੀ ਬੋਲਦਾ ਹੋਵੇ ਤਾਂ ਉਸ ਦੇ ਉੱਤੇ ਵੀ ਇਹ ਨਿਯਮ ਨੇ ਜਿਹੜੇ ਲਾਗੂ ਹੁੰਦੇ ਨੇ ਤਾਂ 6 ਮਹੀਨਿਆਂ ਦੇ ਲਈ ਉਸ ਦੀ ਯਾਤਰਾ ਦੇ ਉੱਤੇ ਵੀ ਬੈਨ ਹੈ ਜਿਹੜਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਉਹ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੈ ਇਸ ਤਰ੍ਹਾਂ ਦੀਆਂ ਭਿਆਨਕ ਗੱਲਾਂ ਕਰਦਾ ਤਾਂ ਉਸ ਦੇ ਉੱਤੇ ਘੱਟੋ-ਘੱਟ 2 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਤੇ ਵੀ ਬੈਨ ਲਗਾਇਆ ਜਾ ਸਕਦਾ ਹੈ ਇਹ ਕਹਿੰਦੇ ਨੇ ਅੰਤਰਰਾਸ਼ਟਰੀ ਨਿਜਮ ਇਸ ਤੋਂ ਇਲਾਵਾ ਸਵਾਲ ਨੰਬਰ ਆਖਰੀ ਯਾਨੀ ਕਿ 6ਵੇਂ ਸਵਾਲ ਦੀ ਗੱਲ ਕਰੀਏ ਕਿ ਕੀ ਕੋਈ ਵਿਦੇਸ਼ ਵਿੱਚ ਕਿਸੇ ਘਟਨਾ ਦੀ ਜਾਂਚ ਲਈ ਸਿਵਲ ਐਵੀਏਸ਼ਨ ਮੰਤਰਾਲਾ ਕਰ ਸਕਦਾ ਹੈ ਕੁਝ ਤਾਂ ਸਵਾਲ ਨੰਬਰ 6 ਦਾ ਜਵਾਬ ਇਹ ਹੈ ਕਿ ਨਹੀਂ ਇਸ ਤਰ੍ਹਾਂ ਡੀਜੀਸੀਏ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਜੇਕਰ ਉਹ ਘਟਨਾ ਭਾਰਤ ਤੋਂ ਬਾਹਰ ਹੋਈ ਹੈ ਤਾਂ ਉਹ ਭਾਰਤ ਵੱਲ ਨੂੰ ਵਿਭਾਗ ਜਿਹੜਾ ਜਹਾਜ਼ ਹੈ ਨਹੀਂ ਆ ਰਿਹਾ ਔਰ 에ਅਰਲਾਈਨ ਵੀ ਹੈ ਜਿਹੜੀ ਉਹ ਵਿਦੇਸ਼ੀ ਹੈ ਭਾਰਤੀ ਨਹੀਂ ਹੈ ਤਾਂ ਉੱਥੇ ਡੀਜੀਸੀਏ ਦੇ ਨਿਯਮ ਲਾਗੂ ਨਹੀਂ ਹੁੰਦੇ ਉਸ ਦੇ ਉੱਤੇ ਉਹ ਜਾਂਚ ਨਹੀਂ ਕਰ ਸਕਦਾ ਯਾਨੀ ਕਿ ਭਾਰਤ ਸਰਕਾਰ ਨੂੰ ਹੱਕ ਨਹੀਂ ਹੈ ਪਰ ਜਦੋਂ ਅਸੀਂ ਇੱਕ ਇੰਟਰਵਿਊ ਕੀਤਾ ਸੀ ਇਸ ਮਸਲੇ ਦੇ ਬਾਬਤ ਤਾਂ ਉਸ ਦੇ ਵਿੱਚ ਏਅਰਲਾਈਨਸ ਦੇ ਅੰਤਰਰਾਸ਼ਟਰੀ ਪੱਧਰ ਦੇ ਇੱਕ ਕੈਪਟਨ ਦਾ ਬਿਆਨ ਹੈ ਔਨ ਰਿਕਾਰਡ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨਸ ਮੁਹੱਈਆ ਕਰਵਾਉਂਦੀਆਂ ਨੇ ਕਿ ਅੰਦਰ ਵੀ ਕੋਈ ਸ਼ਰਾਬ ਪੀ ਸਕਦਾ ਉਸ ਨੂੰ ਸਰਵਿਸ ਦਿੱਤੀ ਜਾਂਦੀ ਹੈ ਪਰ ਦੋ ਪੈਗ ਤੋਂ ਬਾਅਦ ਉਸ ਨੂੰ ਸਰਵਿਸ ਉਹ ਨਹੀਂ ਦਿੱਤੀ ਜਾਂਦੀ ਰੋਕ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਵੀ ਜੇਕਰ ਉਹ ਮੰਗ ਕਰਦਾ ਜਾਂ ਨਹੀਂ ਕਰਦਾ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਉਹ ਸਰਵਿਸ ਦੇਣ ਦੇ ਵੀ ਕੁਝ ਨਿਯਮ ਹੁੰਦੇ ਨੇ ਰੂਲ ਹੁੰਦੇ ਨੇ ਜੇਕਰ ਉਹਨਾਂ ਨਿਯਮਾਂ ਨੂੰ ਵੀ ਕੋਈ ਤੋੜਦਾ ਤਾਂ ਉਸ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਕੁੱਲ ਮਿਲਾ ਕੇ ਇਸ ਰਿਪੋਰਟ ਦੇ ਜਰੀਏ ਇਹਨਾਂ ਸਵਾਲਾਂ ਦੇ ਜਰੀਏ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਨੂੰ ਵੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕੋਈ ਸ਼ਰਾਬੀ ਹੋਵੇ ਜਾਂ ਕੋਈ ਵੀ ਨਸ਼ਾ ਕੀਤਾ ਹੋਵੇ ਉਸ ਨੂੰ ਲੈ ਕੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਉਸ ਨੂੰ ਜਹਾਜ਼ ਤੋਂ ਉਤਾਰਿਆ ਜਾ ਸਕਦਾ ਤਾਂ ਜੇਕਰ ਤੁਸੀਂ ਵੀ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਭਵਿੱਖ ਦੇ ਵਿੱਚ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਬਿਨਾਂ ਕਿਸੇ ਰੁਕਾਵਟ ਦੇ ਜਹਾਜ਼ ਤੇ ਚਾਹੇ ਭਾਰਤ ਤੋਂ ਕਿਸੇ ਵੀ ਮੁਲਕ ਜਾਣਾ ਹੋਵੇ ਜਾਂ ਕਿਸੇ ਵੀ ਮੁਲਕ ਤੋਂ ਭਾਰਤ ਆਉਣਾ ਹੋਵੇ ਤਾਂ ਆ ਜਾ ਸਕਦੇ ਹੋ ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ ਮੈਨੂੰ ਦੁਆ ਗਿਆ ਧੰਨਵਾਦ